ਇਹ ਮੇਰੀ ਫਸਟ ਫੀਚਰ ਫਿਲਮ ਆ ਪਰਦੇ ਦੇ ਜਿਹੜੇ ਵੱਡੇ ਪਰਦੇ ਦੇ ਫਸਟ ਫੀਚਰ ਉਹ ਵੀ ਜਗਦੀਪ ਬਾਈ ਹੋਣਾ ਨਾਲ ਤਾਂ ਸਰਗੁਣ ਮੈਮ ਉਹਨਾਂ ਨਾਲ ਗੀਤਾਜ ਬਾਈ ਉਹਨਾਂ ਨਾਲ ਕੰਮ ਕੀਤਾ ਤਾਂ ਬਹੁਤ ਖੁਸ਼ੀ ਦੀ ਗੱਲ ਆ ਤੋ ਸਾਰਿਆਂ ਨਾਲ ਇੱਕ ਬੜਾ ਕਹਿ ਲਾਂ ਕਿ ਮੋਹ ਨੇ ਮੋਹ ਪਵਾਤਾ ਹੁਣ ਅਸੀਂ ਉੱਥੇ ਜਿਹੜਾ ਕੰਮ ਕੀਤਾ ਉਹ ਤਾਂ ਪਰਦੇ 'ਤੇ ਦੇਖ ਹੀ ਰਿਹਾ ਸਾਰਿਆਂ ਨੂੰ ਪਰ ਉਹ ਬਿਹਾਇੰਡ ਦਾ ਸੀਨ ਅਸੀਂ ਕਿੰਨਾ ਇੰਜੋਏ ਕੀਤਾ ਜਾਂ ਕਿੰਨਾ ਮਤਲਬ ਸਾਡਾ ਮਲਾਪੜਾ ਸੁਭਾਅ ਸਾਰਿਆਂ ਦਾ ਬਣ ਗਿਆ ਸੋ ਉਹ ਅਸੀਂ ਮਿਸ ਕਰਦੇ ਹਾਂ ਮੈਨੂੰ ਇੱਕ ਸੀਨ ਯਾਦ ਹੈ ਕਿ ਜਿਹੜਾ ਜੁੱਤੀ ਵਾਲਾ ਸੀਨ ਨਹੀਂ ਹੈਗਾ ਉਹਦੇ ਵਿੱਚ ਗੀਤਾਜ ਮੇਰੇ ਸਾਹਮਣੇ ਬੈਠੇ ਅਤੇ ਕੈਮਰਾ ਲੱਗਾ ਸੀ ਤਾਂ ਗੀਤਾਜ ਬਾਈ ਹੈ ਨਾ ਮੈਨੂੰ ਦੇਖ ਕੇ ਹੱਸੀ ਜਾਵੇ ਮੈਂ ਕਿਹਾ ਯਾਰ ਬਾਈ ਨਾ ਹੱਸ ਕਹਿੰਦੇ ਉਹ ਫਿਰ ਵੀ ਮੈਨੂੰ ਹੱਸੀ ਗਿਆ ਬਾਈ ਸਾਹਿਬ ਕਿਉਂਕਿ ਜਦ ਪਿੱਛੋਂ ਕੈਮਰਾ ਲੱਗਾ ਹੋਇਆ ਸੀ ਤਾਂ ਉਹ ਬੜੀ ਮੁਸ਼ਕਿਲ ਮੈਂ ਕੰਟਰੋਲ ਕੀਤਾ ਕਿ ਮੈਂ ਹੱਸਾਂ ਨਾ ਬਾਈ ਵੱਲ ਦੇਖ ਕੇ ਤਾਂ ਡਾਇਲਾਗ ਕੰਪਲੀਟ ਹੋਇਆ ਪੂਰਾ ਉਹ ਮੈਨੂੰ ਯਾਦ ਆਉਂਦਾ ਵੀ ਮੈਨੂੰ ਮੇਰੇ ਨਾਲ ਦੇ ਜਿਹੜੇ ਮਿੱਤਰ ਹੁੰਦੇ ਸੀ ਜਾਂ ਇਹਨਾਂ ਦੇ ਵਿੱਚੋਂ ਹੀ ਉਹ ਮੈਨੂੰ ਦੱਸਦੇ ਵੀ ਤੇਰਾ ਸੀਨ ਚੱਲ ਰਿਹਾ ਸੀ ਔਰ ਬਾਈ ਮਤਲਬ ਪੂਰੀ ਗੌਰ ਨਾਲ ਦੇਖ ਰਹੇ ਸੀ ਔਰ ਸਮਾਈਲ ਕਰ ਰਹੇ ਜਦੋਂ ਉਹਨਾਂ ਦੇ ਮੂੰਹ 'ਤੇ ਸਮਾਈਲ ਆਉਂਦੀ ਸੀ ਨਾ ਬਾਈ ਦੇ ਉਦੋਂ ਸਾਡੇ ਦਿਲ ਨੂੰ ਸ਼ਾਂਤੀ ਜੀ ਮਿਲਦੀ ਸੀ ਹੁਣ ਪਾਸ ਹੋ ਗਏ ਸੋ ਫਿਲਮ ਹੁੰਦੀ ਹੈ ਕਿਰਦਾਰਾਂ ਦੀ ਅਤੇ ਇਹ ਫਿਲਮ ਹੈ ਮੋਹ ਦੀ ਅਤੇ ਮੋਹ ਦੇ ਵਿੱਚ ਬਹੁਤ ਹੀ ਆਪਣੀ ਅਦਾਕਾਰੀ ਦੇ ਨਾਲ ਇੱਕ ਵੱਖਰਾ ਜਿਹਾ ਛਾਪ ਛੱਡਦੇ ਹੋਏ ਇਹਨਾਂ ਨੇ ਜੋ ਕੰਮ ਕੀਤਾ ਹੈ ਉਹ ਵਾਕਈ ਕਾਬਿਲ ਤਾਰੀਫ਼ ਹੈ ਸੋ ਬਹੁਤ ਬਹੁਤ ਮੁਬਾਰਕਾਂ ਐਂਡ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਮੈਮ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗੀ ਜਿਹੜੇ ਤੁਹਾਡੇ ਕਿਰਦਾਰ ਹੈ ਇੱਕ ਬਹੁਤ ਟਿਪੀਕਲ ਕਿਰਦਾਰ ਨੇ ਜੋ ਹਰ ਪਿੰਡ ਦੇ ਵਿੱਚ ਵੇਖੇ ਜਾਂਦੇ ਨੇ ਰਾਈਟ ਕਿੰਨੀ ਕੁ ਪ੍ਰੈਪਰੇਸ਼ਨ ਚੱਲੀ ਹੈ ਅਤੇ ਜੱਗੀ ਕੋਲੋਂ ਕਿੰਨੀ ਕੁ ਕੁੱਟ ਪਈ ਹੈ ਕੁੱਟ ਕਿਵੇਂ ਕੁੱਟ ਤਾਂ ਨਹੀਂ ਪਰ ਮੈਂ ਸੁਣਿਆ ਕਿ ਉਹਨਾਂ ਦੀ ਡਾਂਟ ਵੀ ਕੁੱਟ ਵਰਗੀ ਹੁੰਦੀ ਜਦੋਂ ਕੁਝ ਪਰਫੈਕਸ਼ਨ ਨਹੀਂ ਹੁੰਦੀ ਔਰ ਤੁਹਾਡੇ ਕਿਰਦਾਰਾਂ ਦੇ ਵਿੱਚ ਪਰਫੈਕਸ਼ਨ ਕੁੱਟ ਕੁੱਟ ਕੇ ਭਰੀ ਹੋਈ ਸੀ ਇਹੀ ਹੈ ਕਿ ਬਾਈ ਨੇ ਖੁਦ ਬਹੁਤ ਮਿਹਨਤ ਕੀਤੀ ਹੈ ਸਾਨੂੰ ਬਹੁਤ ਮਿਹਨਤ ਕਰਾਈ ਹੈ ਸੋ ਪਹਿਲਾਂ ਜਦੋਂ ਅਸੀਂ ਆਡੀਸ਼ਨ ਦੇ ਕੇ ਸਿਲੈਕਟ ਹੋਏ ਸੀਗੇ ਅਤੇ ਉਦੋਂ ਤੋਂ ਕਰੈਕਟਰਾਂ 'ਤੇ ਕੰਮ ਹੋਣਾ ਸ਼ੁਰੂ ਹੋ ਗਿਆ ਸੀ ਸਾਨੂੰ ਜਿਹੜੇ ਕਰੈਕਟਰ ਸੀ ਉਹ ਦੱਸੇ ਗਏ ਕਿ ਤੁਹਾਡੇ ਇੱਦਾਂ ਇੱਦਾਂ ਦੇ ਕਰੈਕਟਰ ਆ ਉਹਨਾਂ ਦੀ ਪ੍ਰੈਪਰੇਸ਼ਨਸ ਇਹ ਨੇ ਫਿਰ ਸਾਡਾ ਇਹ ਹੈ ਕਿ ਅਸੀਂ ਪਿੰਡਾਂ ਥਾਵਾਂ 'ਤੇ ਰਹਿੰਦੇ ਹਾਂ ਸਾਡਾ ਉਹਨਾਂ ਲੋਕਾਂ ਨਾਲ ਵਾਹ ਵਾਸਤਾ ਜਾਂ ਉਹਨਾਂ ਦਾ ਮਤਲਬ ਉਹਨਾਂ ਨਾਲ ਵਿਚਰਦੇ ਸੀ ਉਹਨਾਂ ਨੂੰ ਓਬਜ਼ਰਵ ਕਰਦੇ ਸੀ ਬਹੁਤ ਚੀਜ਼ਾਂ ਸੀਗੀਆਂ ਜਿਹੜੀਆਂ ਦੇਖਣ ਦੇ ਲਈ ਫਿਰ ਅਸੀਂ ਮਤਲਬ ਮੈਂ ਪਿਛਲੇ 10 ਸਾਲ ਤੋਂ ਥੀਏਟਰ ਕਰ ਰਿਹਾ ਬਲਰਾਜ ਆ ਵੀਰਾ ਇਹ 10-12 ਸਾਲ ਤੋਂ ਥੀਏਟਰ ਕਰ ਰਿਹਾ ਸੋ ਥੀਏਟਰ ਦੇ ਵਿੱਚ ਬਹੁਤ ਚੀਜ਼ਾਂ ਸਾਨੂੰ ਮੋੜ ਲਈ ਜੁੱਤੀ ਟੁੱਟੀ ਜੁੜਵਾ ਲਈ ਹਾਂਜੀ ਹਾਂਜੀ ਉਹ ਜੁੱਤੀ ਟੁੱਟ ਗਈ ਤੇ ਫਿਰ ਮੈਂ ਨਵੇਂ ਸ਼ੂਜ਼ ਲਿਆਂਦੇ ਹੁਣ ਅੱਜ ਸੋ ਕਿਰਦਾਰ ਬਾਰੇ ਮੈਂ ਗੱਲ ਕਰਨਾ ਚਾਹਾਂਗੀ ਅੱਜ ਥੀਏਟਰ ਆਰਟਿਸਟ ਕਰਦਾ ਹੈ ਜਦੋਂ ਐਕਟਿੰਗ ਕਰਦਾ ਤੇ ਉਹਦੇ ਲਈ ਉਹ ਇੱਕ ਜੌਬ ਹੁੰਦੀ ਹੈ ਹੁਣ ਵੀ ਤੁਸੀਂ ਆਪਣੀ ਜੌਬ ਕੀਤੀ ਲੇਕਿਨ ਸਕਰੀਨ ਤੇ ਆਪਣੇ ਕਿਰਦਾਰਾਂ ਨੂੰ ਦੇਖ ਕੇ ਅੰਦਰ ਕੀ ਆਇਆ ਹੈ ਮਨ ਦੇ ਵਿੱਚ ਜੀ ਸਭ ਤੋਂ ਪਹਿਲੀ ਮੇਰੇ ਲਈ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਇਹ ਮੇਰੀ ਫਸਟ ਫੀਚਰ ਫਿਲਮ ਆ ਪਰਦੇ ਦੇ ਜਿਹੜੇ ਵੱਡੇ ਪਰਦੇ ਦੇ ਫਸਟ ਫੀਚਰ ਉਹ ਵੀ ਜਗਦੀਪ ਬਾਈ ਹੋਣਾ ਨਾਲ ਤਾਂ ਸਰਗੁਣ ਮੈਮ ਉਹਨਾਂ ਨਾਲ ਗੀਤਾਜ ਬਾਈ ਉਹਨਾਂ ਨਾਲ ਕੰਮ ਕੀਤਾ ਤਾਂ ਬਹੁਤ ਖੁਸ਼ੀ ਦੀ ਗੱਲ ਆ ਤੋ ਮੈਂ ਆਪਣੀ ਖੁਸ਼ੀ ਸੈਲੀਬ੍ਰੇਟ ਕਰਨ ਲਈ ਮੈਂ ਆਪਣੇ ਪਿਤਾ ਜੀ ਨੂੰ ਵੀ ਨਾਲ ਲੈ ਕੇ ਆਇਆ ਸੀਗਾ ਹਾਂਜੀ 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 ਆਜੋ ਡੈਡੀ ਅਤੇ ਬਹੁਤ ਮਜ਼ਾ ਆਇਆ ਅਤੇ ਪਹਿਲੀ ਫੀਚਰ ਫਿਲਮ ਜਗਦੀਪ ਬਾਈ ਹੋਣਾ ਨਾਲ ਕਰਕੇ ਤਾਂ ਇੰਨਾ ਸੋਹਣਾ ਕਿਰਦਾਰ ਦਿੱਤਾ ਬਾਈ ਹੋਣਾ ਨੇ ਅਤੇ ਕੰਮ ਕਰਵਾਇਆ ਸਾਡੇ ਤੋਂ ਥੈਂਕ ਯੂ ਆਪਣੇ ਬੇਟੇ ਨੂੰ ਤੁਸੀਂ ਵੱਡੇ ਪਰਦੇ 'ਤੇ ਦੇਖਿਆ ਪਹਿਲੀ ਵਾਰ ਹਾਂਜੀ ਇੱਕ ਬਾਪ ਦਾ ਦਿਲ ਕੀ ਕਹਿੰਦਾ ਹੈ ਨਹੀਂ ਬਹੁਤ ਵਧੀਆ ਲੱਗ ਰਿਹਾ ਜੀ ਵੱਡੇ ਪਰਦੇ 'ਤੇ ਆਏ ਆ ਬਹੁਤ ਵਧੀਆ ਲੱਗ ਰਿਹਾ ਵੈਸੇ ਵੀ ਨਾਟਕ ਕਰ ਰਿਹਾ ਵੈਬ ਸੀਰੀਜ਼ ਕੀਤੀ ਹੈ ਕਰ ਰਿਹਾ ਅੱਛਾ ਲੱਗ ਰਿਹਾ ਕਦੀ ਕੀ ਥੀਏਟਰ ਤੋਂ ਪਹਿਲਾਂ ਜਾਂ ਵਿਚਕਾਰ ਕਦੀ ਇੱਕ ਬਾਪ ਨੇ ਜ਼ਿੰਮੇਵਾਰ ਬਣਾਉਣ ਦੇ ਨਾਤੇ ਕਿਹਾ ਵੀ ਇਹ ਸਭ ਕੁਝ ਛੱਡ ਪੜ੍ਹਾਈ ਵੱਲ ਤੇ ਆਪਣੇ ਕੰਮ ਵੱਲ ਧਿਆਨ ਨਹੀਂ ਅਸੀਂ ਤੇ ਇਹ ਕਿਹਾ ਆ ਜਦੋਂ ਵੀ ਜੋ ਚੰਗਾ ਲੱਗਦਾ ਉਹ ਕਰੋ ਕਿਉਂਕਿ ਮੈਂ ਆਪ ਇਹਨਾਂ ਚੀਜ਼ਾਂ ਦੇ ਵਿੱਚ ਸ਼ੌਂਕ ਰੱਖਦਾ ਥੋੜਾ ਲਾਈਟ ਐਂਡ ਸਾਊਂਡ ਦੇ ਪ੍ਰੋਗਰਾਮ ਕਰਦੇ ਸੀ ਆਪਾਂ ਲੋਕ ਸੰਪਰਕ ਵਿਭਾਗ ਦੇ ਨਾਲ ਮੈਂ ਸਟੇਜੀ ਉਹ ਸਟੇਜ ਸੈੱਟ ਕਰਦਾ ਸੀਗਾ ਹਾਂਜੀ ਡੈਡੀ ਹੁਣੀ ਸਟੇਜ ਸੈੱਟ ਵਗੈਰਾ ਲਗਾਉਂਦੇ ਰਹੇ ਅਤੇ ਸਾਡੇ ਜਿੰਨੇ ਵੀ ਪਲੇ ਅਸੀਂ ਕਰਦੇ ਰਹੇ ਪਿਛਲੇ 10-12 ਸਾਲ ਤੋਂ ਤਾਂ ਡੈਡੀ ਹੁਣੀ ਸਾਡੇ ਕਾਫੀ ਹੈਲਪ ਕੀਤੀ ਹੈ ਜੋ ਪਿੱਛੇ ਸਟੇਜ ਦੇ ਪਿੱਛੇ ਸੈੱਟ ਲੱਗਦੇ ਹੁੰਦੇ ਡੈਡੀ ਹੁਣੀ ਲਗਾਉਂਦੇ ਰਹੇ ਆ ਸੋ ਫੈਮਿਲੀ ਵਿੱਚ ਦਾਦਾ ਜੀ ਮੇਰਾ ਥੀਏਟਰ ਕਰਦੇ ਰਹੇ ਆ ਤਾਂ ਫੈਮਿਲੀ ਵਿੱਚ ਮਤਲਬ ਹੈਗਾ ਸੀ ਗੁੜਤੀ 'ਚ ਹੈ ਹਾਂਜੀ ਹਾਂਜੀ ਗੱਲ ਓਕੇ ਸੋ ਮੋਹ ਤੇ ਵਾਪਸ ਆਉਣਾ ਚਾਹਾਂਗੀ ਜਦੋਂ ਸ਼ੂਟ ਚੱਲਦਾ ਸੀ ਗੀਤਾਜ ਦੇ ਨਾਲ ਵਾਹਵਾ ਟਾਈਮ ਤੁਹਾਨੂੰ ਬਿਤਾਉਣ ਨੂੰ ਮਿਲਿਆ ਚਾਹੇ ਅੰਮ੍ਰਿਤ ਦੀ ਗੱਲ ਕਰ ਲਈਏ ਹੈ ਨਾ ਪ੍ਰਭ ਦੀ ਗੱਲ ਕਰ ਲਈਏ ਸੋ ਉਹ ਅੱਜ ਕਿੰਨਾ ਕੁ ਮਿਸ ਕਰਦੇ ਹੋ ਔਰ ਅੱਜ ਕਿਹੜੇ ਕਿਹੜੇ ਸੀਨਸ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਯਾਰ ਤੈਨੂੰ ਯਾਦ ਹੈ ਇਹ ਸੀਨ ਆਪਾਂ ਇੰਨਾ ਸੀਰੀਅਸ ਕੀਤਾ ਪਰ ਉਹ ਮਾਹੌਲ ਇਹ ਵਾ ਸੀਗਾ ਹਾਂ ਬਿਲਕੁਲ ਬਿਲਕੁਲ ਮੈਨੂੰ ਇੱਕ ਸੀਨ ਯਾਦ ਹੈ ਕਿ ਜਿਹੜਾ ਜੁੱਤੀ ਵਾਲਾ ਸੀਨ ਨਹੀਂ ਹੈਗਾ ਉਹਦੇ ਵਿੱਚ ਗੀਤਾਜ ਮੇਰੇ ਸਾਹਮਣੇ ਬੈਠੇ ਤੇ ਕੈਮਰਾ ਲੱਗਾ ਸੀ ਤਾਂ ਗੀਤਾਜ ਬਾਈ ਹੈ ਨਾ ਮੈਨੂੰ ਦੇਖ ਕੇ ਹੱਸੀ ਜਾਵੇ ਮੈਂ ਕਿਹਾ ਯਾਰ ਬਾਈ ਨਾ ਹੱਸ ਕਹਿੰਦੇ ਜਦੋਂ ਉਹ ਫਿਰ ਵੀ ਮੈਨੂੰ ਹੱਸੀ ਗਿਆ ਬਾਈ ਸਾਹਿਬ ਕਿਉਂਕਿ ਜਦ ਇੱਥੋਂ ਕੈਮਰਾ ਲੱਗਾ ਹੋਇਆ ਸੀ
ਤਾਂ ਉਹ ਬੜੀ ਮੁਸ਼ਕਲ ਮੈਂ ਕੰਟਰੋਲ ਕੀਤਾ ਕਿ ਮੈਂ ਹੱਸਾਂ ਨਾ ਬਾਈ ਵੱਲ ਦੇਖ ਤਾਂ ਡਾਇਲੋਗ ਕੰਪਲੀਟ ਹੋਇਆ ਪੂਰਾ ਉਹ ਮੈਨੂੰ ਯਾਦ ਆਉਂਦਾ ਸੀ ਉਹਨੂੰ ਗੀਤਾਜ ਵੀਰੇ ਨਾਲ ਸਰਗੁਣ ਮੈਮ ਔਰ ਬਾਕੀ ਜਿੰਨੇ ਵੀ ਕਿਰਦਾਰ ਨੇ ਸਾਰਿਆਂ ਨਾਲ ਇੱਕ ਬੜਾ ਕਹਿ ਲਾਂ ਕਿ ਮੋਹ ਨੇ ਮੋਹ ਪਵਾਤਾ ਹੁਣ ਅਸੀਂ ਉੱਥੇ ਜਿਹੜਾ ਕੰਮ ਕੀਤਾ ਉਹ ਤਾਂ ਪਰਦੇ 'ਤੇ ਦੇਖ ਹੀ ਰਿਹਾ ਸਾਰਿਆਂ ਨੂੰ ਪਰ ਉਹ ਬਿਹਾਇੰਡ ਦਾ ਸੀਨ ਅਸੀਂ ਕਿੰਨਾ ਇੰਜੋਏ ਕੀਤਾ ਜਾਂ ਕਿੰਨਾ ਮਤਲਬ ਸਾਡਾ ਮਲਾਪੜਾ ਸੁਭਾਅ ਸਾਰਿਆਂ ਦਾ ਬਣ ਗਿਆ ਸੋ ਅਸੀਂ ਮਿਸ ਕਰਦੇ ਹਾਂ ਫੋਨ ਕਰ ਲੈਂਦੇ ਹਾਂ ਫਿਰ ਪਲੈਨਿੰਗ ਕਰ ਲੈਂਦੇ ਹਾਂ ਵੀਰੇ ਮਿਲੀਏ ਯਾਰ ਬਹੁਤ ਟਾਈਮ ਹੋ ਗਿਆ ਮਤਲਬ ਇੱਦਾਂ ਚੱਲਦਾ ਰਿਹਾ ਔਰ ਬਾਕੀ ਕਿਰਦਾਰਾਂ ਨੂੰ ਲੈ ਕੇ ਗੱਲ ਕਰੀਏ ਤਾਂ ਮਤਲਬ ਉੱਥੇ ਚੱਲਦਾ ਰਹਿੰਦਾ ਸੀ ਬਾਈ ਵੱਲੋਂ ਵੀ ਜਿੱਥੇ ਥੋੜ੍ਹਾ ਬਹੁਤਾ ਲੱਗਦਾ ਸੀ ਉੱਥੇ ਹੁੰਦਾ ਸੀਗਾ ਕਿ ਯਾਰ ਮਤਲਬ ਹੋਰ ਵਧੀਆ ਹੋਰ ਮਤਲਬ ਬਣ ਕੇ ਆਵੇ ਕੁਛ ਚੀਜ਼ ਵੈਸੇ ਤਾਂ ਜੱਗੀ ਮਤਲਬ ਜਗਦੀਪ ਬਹੁਤ ਘੱਟ ਤਾਰੀਫ ਕਰਦੇ ਨੇ ਹੈ ਨਾ ਖਾਸ ਕਰ ਜਦੋਂ ਕੰਮ ਹੋ ਰਿਹਾ ਹੁੰਦਾ ਉਸ ਤੋਂ ਬਾਅਦ ਕੋਈ ਕੰਪਲੀਮੈਂਟ ਦਿੱਤਾ ਉਹਨਾਂ ਨੇ ਦੋਨਾਂ ਨੂੰ ਵੈਸੇ ਤਾਂ ਤੁਹਾਡੇ ਲਈ ਪੋਸਟ ਪਾਤੀ ਪੂਰੀ ਬਟ ਫਿਰ ਵੀ ਫੇਸ ਟੂ ਫੇਸ ਉਹਨਾਂ ਨੇ ਕੋਈ ਕੰਪਲੀਮੈਂਟ ਦਿੱਤਾ ਮੇਰੇ ਨਾਲ ਇੰਸਟਾ 'ਤੇ ਵੀ ਬਾਈ ਹੁਣਾਂ ਦੀ ਗੱਲ ਕਾਫੀ ਹੁੰਦੀ ਰਹਿੰਦੀ ਤਾਂ ਉਸੇ ਵੀ ਮੈਨੂੰ ਪ੍ਰੇਜ਼ ਕਰਦੇ ਰਹਿੰਦੇ ਕਿ ਤੇਰਾ ਬਹੁਤ ਵਧੀਆ ਕੰਮ ਆ ਆਉਣ ਵਾਲੇ ਸਮੇਂ ਤੋਂ ਅੱਛਾ ਕੰਮ ਕਰੇਗਾ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਗਦੀਪ ਬਾਈ ਮੈਨੂੰ ਇਹ ਕਹਿ ਰਹੇ ਆ ਤਾਂ ਇੰਡਸਟਰੀ ਦੇ ਇੱਕ ਵੱਡੇ ਡਾਇਰੈਕਟਰ ਜੋ ਤੁਹਾਨੂੰ ਇਹ ਗੱਲ ਕਵੇ ਕਿ ਤੁਹਾਨੂੰ ਤੁਹਾਡਾ ਕੰਮ ਅੱਛਾ ਆ ਤਾਂ ਖੁਸ਼ੀ ਹੁੰਦੀ ਹੈ ਬਿਲਕੁਲ ਬਿਲਕੁਲ ਔਰ ਮੇਰਾ ਹੁੰਦਾ ਸੀਗਾ ਕਿ ਮਤਲਬ ਜਦੋਂ ਸੀਨ ਹੋ ਜਾਂਦਾ ਮੈਨੂੰ ਮੇਰੇ ਨਾਲ ਦੇ ਜਿਹੜੇ ਮਿੱਤਰ ਹੁੰਦੇ ਸੀ ਜਾਂ ਇਹਨਾਂ ਦੇ ਵਿੱਚੋਂ ਹੀ ਉਹ ਮੈਨੂੰ ਦੱਸਦੇ ਵੀ ਤੇਰਾ ਸੀਨ ਚੱਲ ਰਿਹਾ ਸੀ ਔਰ ਬਾਈ ਮਤਲਬ ਪੂਰੀ ਗੌਰ ਨਾਲ ਦੇਖ ਰਹੇ ਸੀ ਔਰ ਸਮਾਈਲ ਕਰ ਰਹੇ ਜਦੋਂ ਉਹਨਾਂ ਦੇ ਮੂੰਹ 'ਤੇ ਸਮਾਈਲ ਆਉਂਦੀ ਸੀ ਨਾ ਬਾਈ ਦੇ ਉਦੋਂ ਸਾਡੇ ਦਿਲ ਨੂੰ ਸ਼ਾਂਤੀ ਜੀ ਮਿਲਦੀ ਸੀ ਹੁਣ ਪਾਸ ਹੋ ਗਏ ਆਪਣਾ ਬਿਲਕੁਲ ਇੱਕ ਗੱਲ ਸੀ ਇਹ ਕਹਿਣਾ ਚਾਹੁੰਦਾ ਸੀ ਜਗਦੀਪ ਬਾਈ ਹੁਣਾਂ ਦਾ ਨਾ ਉਹ ਭਾਲੂ ਵਾਲਾ ਡਾਇਲੋਗ ਨਾ ਇੰਪਰੋਵਾਈਜੇਸ਼ਨ ਸੀਗੀ ਉਹ ਤਾਂ ਬਾਈ ਹੁਣਾਂ ਨੇ ਉਹਦਾ ਮੈਸੇਜ ਕੀਤਾ ਸੀ ਕਿ ਤੇਰਾ ਭਾਲੂ ਵਾਲਾ ਡਾਇਲੋਗ ਕੰਮ ਆ ਗਿਆ ਦੇਖ ਲੈ ਹਾਂਜੀ ਹਾਂਜੀ ਉਹ ਕਿਹਦਾ ਡਾਇਲੋਗ ਹੈ ਵੈਸੇ ਉਹ ਇੰਪਰੋਵਾਈਜ਼ ਸੀਗਾ ਬਾਈ ਹੁਣਾਂ ਨੇ ਇੰਟਰਵਿਊ 'ਚ ਵੀ ਦੱਸਿਆ ਸੀ ਹੁਣਾਂ ਤੇ ਉਹ ਟ੍ਰੇਲਰ ਦੇ ਵਿੱਚ ਸ਼ੁਰੂ 'ਚ ਟ੍ਰੇਲਰ 'ਚ ਟ੍ਰੇਲਰ ਵਿੱਚ ਵੀ ਉਹ ਡਾਇਲੋਗ ਲਗਾਇਆ ਤਾਂ ਬਾਈ ਹੁਣਾਂ ਨੇ ਤਾਂ ਉਹ ਇੰਪਰੋਵਾਈਜ਼ ਬਾਈ ਹੁਣਾਂ ਪੂਰਾ ਡਾਇਲੋਗ ਦੇ ਦਿੱਤਾ ਸੀਗਾ ਫਿਰ ਅਸੀਂ ਆਪਸ 'ਚ ਲੱਗੇ ਹੋਏ ਸੀ ਮੈਂ ਤਾਂ ਗੀਤਾਜ ਆਪਸ 'ਚ ਵੀ ਅਸੀਂ ਇੰਪਰੋਵਾਈਜ਼ ਕਰਦੇ ਇੱਦਾਂ ਕਰਦੇ ਹਾਂ ਐਕਟ ਕਰਕੇ ਦੇਖਦੇ ਵੀ ਸੀ ਫਿਰ ਉਹਦੀ ਲੁੱਕ ਥੋੜ੍ਹੀ ਭਾਲੂ ਜਿਹੀ ਵਰਗੀ ਲੱਗਣਦੀ ਸੀ ਦਾੜੀ ਕਰਕੇ ਫਿਰ ਮੈਂ ਜਾਣਾ ਤੂੰ ਐਵੇਂ ਯਾਰ ਭਾਲੂ ਜਿਹਾ ਬਣਿਆ ਫਿਰਦਾ ਅਤੇ ਉਹਨੂੰ ਬੜਾ ਪਸੰਦ ਹੈ ਹੱਸਣਾ ਫਿਰ ਜੱਗੀ ਬਾਈ ਨੂੰ ਸੁਣਾਇਆ ਜੱਗੀ ਬਾਈ ਬੜਾ ਹੱਸੇ ਅੱਛਾ ਥੀਏਟਰ ਵਾਲਿਆਂ ਦਾ ਇੱਕ ਵਾਅਦਾ ਤਾਂ ਹੁੰਦਾ ਹੈ ਇੰਪਰੋਵਾਈਜੇਸ਼ਨ ਬਹੁਤ ਜ਼ਿਆਦਾ ਜੁੱਤੀ ਵਾਲੀ ਵੀ ਇੰਪਰੋਵਾਈਜੇਸ਼ਨ ਸੀਗੀ ਉਹ ਸੱਚੀ ਟੁੱਟ ਗਈ ਸੀ ਜੁੱਤੀ ਤਾਂ ਫਿਰ ਮੈਂ ਕਿਹਾ ਇਹਨੂੰ ਜੋੜ ਹੀ ਲਿਆ ਮੈਂ ਕਿਹਾ ਯਾਰ ਜੁੱਤੀ ਵੀ ਟੁੱਟ ਗਈ ਹੈ ਉਹ ਵੀ ਨੈਚੁਰਲ ਆਇਆ ਔਰ ਚੰਗੀ ਗੱਲ ਇਹ ਸੀ ਕਿ ਬਾਈ ਜੀ ਮਤਲਬ ਉਹਨਾਂ ਨੇ ਕੰਮ ਕਰਕੇ ਇੰਨਾ ਮਜ਼ਾ ਆਇਆ ਕਿ ਉਹ ਜਿੱਥੇ ਕੋਈ ਚੀਜ਼ ਸਾਡੇ ਵੱਲੋਂ ਇੰਪਰੋਵਾਈਜ਼ ਹੁੰਦੀ ਸੀ ਉਹ ਸੋਹਣੀ ਲੱਗਦੀ ਸੀ ਵਧੀਆ ਲੱਗਦੀ ਉਹਨਾਂ ਨੇ ਰੱਖਣ ਲਈ ਉਹਨੇ ਰੱਖੀ ਉਹਨਾਂ ਨੇ ਔਰ ਸਾਨੂੰ ਉਹਦੇ ਲਈ ਐਪਰੀਸ਼ੀਏਟ ਕੀਤਾ ਮਤਲਬ ਸਾਨੂੰ ਉਹਦੇ ਲਈ ਹੌਸਲਾ ਮਿਲਿਆ ਸਾਡੇ ਅਸੀਂ ਹੋਰ ਬਿਲਡਅਪ ਹੋਏ ਕਿ ਹਾਂ ਸਾਡਾ ਜਿਹੜਾ ਥੀਏਟਰ ਦਾ ਜਿਹੜਾ ਐਕਸਪੀਰੀਅੰਸ ਆ ਉਹ ਇੱਥੇ ਕੰਮ ਆ ਰਿਹਾ ਸਾਡੇ ਤਾਂ ਉਹ ਚੰਗਾ ਜਿਹੜਾ ਸਫ਼ਰ ਸੋ ਮੈਨੂੰ ਲੱਗਦਾ ਤੁਸੀਂ ਪੇਪਰ 'ਚ ਟੌਪ ਕਰ ਚੁੱਕੇ ਹੋ ਹੈ ਨਾ ਕਿਉਂਕਿ ਸਭ ਨੇ ਬਹੁਤ ਪਸੰਦ ਕੀਤਾ ਹੈ ਔਰ ਮੈਨੂੰ ਲੱਗਦਾ ਮੋਹ ਇੱਕ ਫਿਲਮ ਹੈ ਬੜੇ ਸੋਹਣੇ ਮੈਨੂੰ ਲੱਗਦਾ ਪਹਿਲੇ ਵੀ ਉਹ ਕਹਿ ਕੇ ਹਟੇ ਨੇ ਕਿ ਮਾਸਟਰਪੀਸ ਬਣਿਆ ਇਹ ਪੰਜਾਬੀ ਸਿਨੇਮੇ ਦੇ ਵਿੱਚ ਕਿਉਂਕਿ ਪਹਿਲੇ ਅਜਿਹੇ ਵਿਸ਼ੇ ਨੂੰ ਹੱਥ ਪਾਉਣਾ ਬਹੁਤ ਵੱਡੀ ਗੱਲ ਹੈ ਜੋ ਕਿ ਜਗਦੀਪ ਅਤੇ ਉਹਨਾਂ ਦੀ ਪੂਰੀ ਟੀਮ ਨੇ ਮਤਲਬ ਤੁਸੀਂ ਸਾਰਿਆਂ ਨੇ ਉਹਨਾਂ ਦਾ ਸਾਥ ਬਣ ਕੇ ਮੁਕੰਮਲ ਕੀਤਾ ਅਤੇ ਮੈਂ ਉਮੀਦ ਕਰਦੀ ਹਾਂ ਕਿ ਸਾਡੀ ਆਡੀਅੰਸ ਜਿਹੜੀ ਹੈ ਉਹ ਵੀ ਉਸੇ ਤਰ੍ਹਾਂ ਪਿਆਰ ਦੇ ਨਾਲ ਮਕਬੂਲੀਅਤ ਜਿਹੜੀ ਹੈ ਤੁਹਾਡੀ ਫਿਲਮ ਨੂੰ ਦੇਗੀ ਔਰ ਮਕਬੂਲੀਅਤ ਮਿਲੇਗੀ ਔਰ ਬਹੁਤ ਦੁਆਵਾਂ ਅਤੇ ਬਹੁਤ ਸਾਰੀਆਂ ਬੈਸਟ ਵਿਸ਼ਿਜ਼ ਤੁਹਾਨੂੰ ਇਸ ਫਿਲਮ ਦੇ ਲਈ ਵੀ ਅਤੇ ਆਉਣ ਵਾਲੀ ਜ਼ਿੰਦਗੀ ਥੈਂਕ ਯੂ ਸੋ ਮਚ